ਜਲੰਧਰ ਦੇ ਜਹਾਜਗੜ੍ਹ ਦੇ ਪੁਰਾਣੇ ਸਮਾਨ ਦੀ ਮਾਰਕੀਟ ਹੈ, ਜਿੱਥੇ ਅਚਾਨਕ ਅੱਗ ਲੱਗਣ ਨਾਲ 4 ਦੁਕਾਨਾਂ ਅੱਗ ਦੀ ਪੂਰੀ ਤਰ੍ਹਾਂ ਲਪੇਟ 'ਚ ਆ ਗਈਆਂ, ਜਿਸ ਤੋਂ ਬਾਅਦ ਪੂਰੀ ਮਾਰਕੀਟ ਸੜ ਕੇ ਸੁਆਹ ਹੋ ਗਈ। ਘਟਨਾ ਸਥਾਨ ਤੇ ਪਹੁੰਚੀਆਂ 7 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ 3 ਘੰਟਿਆਂ ਬਾਅਦ ਕਾਬੂ ਪਾਇਆ। ਮਾਰਕੀਟ ਦੇ ਦੁਕਾਨਦਾਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਔਰ ਸਾਨੂੰ ਸਵੇਰੇ ਭਈਆਂ ਨੇ 5 ਵਜੇ ਫੋਨ ਕੀਤਾ ਕਿ ਦੁਕਾਨ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਆ। ਅਸੀਂ ਮੌਕੇ ਤੇ ਪੁੱਛੇ ਤੇ ਭਈਆਂ ਦੇ ਕੋਲ ਬਾਲਟੀਆਂ ਵਗੈਰਾ ਸੀ ਜੋ ਕਿ ਸੜ ਚੁੱਕੀਆਂ ਸੀ ਅੱਗ ਦੇ ਨਾਲ। ਮੌਕੇ ਤੇ ਫੋਨ ਕੀਤਾ ਔਰ 7 ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ, ਦਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੌਕੇ ਤੇ 3 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਾਡੀਆਂ ਦੁਕਾਨਾਂ ਦੀ ਕਾਰਵਾਈ ਕੀਤੀ ਜਾਵੇ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਇਹਦੇ ਕਾਰਵਾਈ ਕਰ ਰਹੇ ਹਾਂ, ਜੋ ਹੈ ਇਹਦਾ ਬਣੇਗੀ ਕਾਰਵਾਈ ਕਰਕੇ ਤੇ ਲਿਖ ਦਿਆਂਗੇ ਨਾ। ਠੀਕ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਕੁਝ ਨਹੀਂ ਪਤਾ ਲੱਗ ਸਕਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।